ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਜੀਰਾ ਦੇ ਪਿੰਡ ਅਹਿਰ ਸਿੰਘ ਵਾਲਾ 'ਚ ਪਿਛਲੇ ਦਿਨੀ ਇੱਕ 9 ਸਾਲਾਂ ਦੀ ਬੱਚੀ ਦੇ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ 'ਚ ਪਿੰਡ ਦਾ ਹੀ ਇੱਕ ਆਦਮੀ ਮਨਪ੍ਰੀਤ ਸਿੰਘ ਉਰਫ ਕਾਕਾ ਬੱਚੀ ਨੂੰ ਬਹਿਲਾ ਫੁਸਲਾ ਕੇ ਆਪਣੇ ਟੈਂਪੂ 'ਚ ਬਿਠਾ ਕੇ ਪਿੰਡ ਦੇ ਬਾਹਰ ਲੈ ਗਿਆ ਸੀ, ਜਿੱਥੇ ਉਸਨੇ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ, ਜਿਸਦੇ ਬਾਅਦ ਉਕਤ ਦੋਸ਼ੀ ਪਿੰਡ ਤੋਂ ਫਰਾਰ ਹੋ ਗਿਆ ਸੀ। ਉੱਧਰ ਇਸ ਮਾਮਲੇ ਨੂੰ ਲੈ ਕੇ ਹੁਣ ਸੋਸ਼ਲ ਮੀਡੀਆ 'ਤੇ ਗੈਂਗਸਟਰ ਵਿੱਕੀ ਗੌਂਡਰ ਦੇ ਗਰੁੱਪ ਵੱਲੋਂ ਫੇਸਬੁੱਕ ਪੇਜ ਵਿੱਕੀ ਗੌਂਡਰ ਵਾਲੇ ਤੋਂ ਇੱਕ ਧਮਕੀ ਵਾਇਰਲ ਹੋ ਰਹੀ ਹੈ, ਜਿਸ 'ਚ ਲਿਖਿਆ ਹੋਇਆ ਹੈ ਕਿ 9 ਸਾਲਾਂ ਦੀ ਬੱਚੀ ਦੇ ਨਾਲ ਹੈਵਾਨੀਅਤ ਹੋਈ ਸੀ। ਉਸ ਮਾਮਲੇ 'ਚ ਜਿਨ੍ਹਾਂ ਦੇ ਵੀ ਨਾਮ ਸਾਹਮਣੇ ਆਏ, ਅਗਰ ਪੁਲਿਸ ਤੋਂ ਪਹਿਲਾਂ ਉਹ ਸਾਡੇ ਗਰੁੱਪ ਦੇ ਹੱਥੇ ਚੜ ਗਏ ਤਾਂ ਉਹਨਾਂ ਲੋਕਾਂ ਦੀ ਨਰਕ ਦੀ ਟਿਕਟ ਪੱਕੀ ਹੈ, ਫਿਰ ਚਾਹੇ ਉਸ 'ਚ ਸਾਡਾ ਕੋਈ ਦੋਸਤ ਜਾਂ ਮਿੱਤਰ ਕਿਉਂ ਨਾ ਹੋਵੇ, ਉਸ ਨੂੰ ਵੀ ਅਸੀਂ ਠੋਕਾਂਗੇ, ਕਿਉਂਕਿ ਜੋ ਆਦਮੀ ਔਰਤ ਦੀ ਇੱਜ਼ਤ ਨਹੀਂ ਕਰਦਾ ਉਹ ਸਾਡਾ ਕੁਛ ਨਹੀਂ ਲੱਗਦਾ, ਅਤੇ ਪੁਲਿਸ ਵੀ ਆਪਣਾ ਕੰਮ ਧਿਆਨ ਨਾਲ ਕਰੇ। ਇਸ ਕੇਸ 'ਚ ਜੇਕਰ ਕੋਈ MLA, ਸਰਪੰਚ ਜਾਂ ਪੁਲਿਸ ਆਫਿਸਰ ਉਹਨਾਂ ਲੋਕਾਂ ਦੀ ਹੈਲਪ ਲਈ ਅੱਗੇ ਆਏਗਾ, ਉਹ ਵੀ ਆਪਣਾ ਬਚਾਅ ਕਰ ਲਏ। ਪੁਲਿਸ ਨੂੰ ਬੇਨਤੀ ਹੈ ਕਿ ਜਲਦ ਤੋਂ ਜਲਦ ਮੁਲਜ਼ਮ ਤੇ ਕਾਰਵਾਈ ਕਰੇ, ਨਹੀਂ ਤਾਂ ਫਿਰ ਨਤੀਜੇ ਭੁਗਤਣ ਨੂੰ ਤਿਆਰ ਰਹੇ। ਹੁਣ ਅਸੀਂ ਹੋਰ ਧੱਕਾ ਨਹੀਂ ਚੱਲਣ ਦੇਵਾਂਗੇ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਕੀ ਕਾਰਵਾਈ ਕਰਦੀ ਹੈ ਤੇ ਦੋਸ਼ੀ ਨੂੰ ਪੁਲਿਸ ਸਜ਼ਾ ਦਿੰਦੀ ਹੈ ਜਾਂ ਫਿਰ ਵਿੱਕੀ ਗੌਂਡਰ ਗਰੁੱਪ ਦੇ ਲੋਕ। ਬਲਾਂ ਨਿਊਜ਼ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ।